ਉਹ ਪੰਜਾਬੀ ਗਾਇਕ ਜਿਸਨੇ ਅਜੇ ਸ਼ਿਖਰਾਂ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਸੀ ਪਰ ਸਮੇਂ ਤੋਂ ਪਹਿਲਾਂ ਆਈ ਮੌਤ ਨੇ ਉਸਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ। ਮੈਂ ਗੱਲ ਕਰ ਰਿਹਾ ਮਰਹੂਮ ਪੰਜਾਬੀ ਗਾਇਕ ਸੋਨੀ ਪਾਬਲਾ ਦੀ। ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਗਗਨਦੀਪ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੁਹਾਡੇ ਇਹ ਸੁਪਨੇ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸੋਨੀ ਪਾਬਲਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਜਾਣਾਂਗੇ ਉਹਨਾਂ ਦੀ ਲਾਈਫ, ਫੈਮਿਲੀ ਸਟਰਗਲ ਅਤੇ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕਿ ਅਸਲ 'ਚ ਉਹਨਾਂ ਦੀ ਮੌਤ ਵੱਧ ਨਸ਼ੇ ਕਰਕੇ ਹੋਈ ਸੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਜਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਵੀ ਪ੍ਰੈੱਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋਨੀ ਪਾਬਲਾ ਨੂੰ ਅਤੇ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਅਸੀਂ ਪੰਜਾਬੀ ਸਿਤਾਰਿਆਂ ਦੇ ਨਾਲ ਜੁੜੇ ਇੰਟਰਸਟਿੰਗ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸੋਨੀ ਪਾਬਲਾ ਦਾ ਜਨਮ 29 ਜੂਨ 1976 ਨੂੰ ਪਿਤਾ ਮੋਹਿੰਦਰ ਸਿੰਘ ਅਤੇ ਮਾਤਾ ਨਿਰਮਲ ਕੌਰ ਦੇ ਘਰ ਪਿੰਡ ਬਿਲਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਇਆ। ਪਰਿਵਾਰ ਨੇ ਸੋਨੀ ਪਾਬਲਾ ਦਾ ਨਾਮ ਰੱਖਿਆ ਤੇਜਪਾਲ ਸਿੰਘ ਪਾਬਲਾ। ਪਰਿਵਾਰ ਦੇ ਵਿੱਚ ਸੋਨੀ ਪਾਬਲਾ ਦੀਆਂ 4 ਭੈਣਾਂ ਵੀ ਨੇ ਅਤੇ ਸੋਨੀ ਸਭ ਤੋਂ ਛੋਟੀ ਸੀ। ਸੋਨੀ ਪਾਬਲਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਸਕੂਲਿੰਗ ਆਪਣੇ ਪਿੰਡ ਬਿਲਾਸਪੁਰ ਤੋਂ ਹੀ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਪੋਲੀਟੀਕਲ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ। ਜੇ ਗੱਲ ਕਰੀਏ ਸੋਨੀ ਪਾਬਲਾ ਦੀ ਪਰਸਨਲ ਲਾਈਫ ਦੇ ਬਾਰੇ ਤਾਂ ਉਹਨਾਂ ਦਾ ਵਿਆਹ ਉਹਨਾਂ ਦੀ ਮੌਤ ਹੋਣ ਤੋਂ 7-8 ਮਹੀਨੇ ਪਹਿਲਾਂ ਹੀ ਹੋਇਆ ਸੀ। ਉਹਨਾਂ ਦੀ ਪਤਨੀ ਦਾ ਨਾਮ ਸੀ ਰੁਪਿੰਦਰ ਕੌਰ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਸਿੰਗਿੰਗ ਦੇ ਸ਼ੌਂਕ ਬਾਰੇ ਅਤੇ ਕਰੀਅਰ ਦੇ ਬਾਰੇ। ਸੋਨੀ ਪਾਬਲਾ ਗਾਉਂਦੇ ਤਾਂ ਹੁੰਦੇ ਸੀ ਛੋਟੇ ਹੁੰਦੇ ਤੋਂ ਹੀ, ਪਰ ਉਹਨਾਂ ਨੇ ਕਦੇ ਇਸ ਨੂੰ ਸੀਰੀਅਸਲੀ ਨਹੀਂ ਲਿਆ। ਛੋਟੀ ਉਮਰ ਦੇ ਵਿੱਚ ਹੀ ਪਿਤਾ ਮੋਹਿੰਦਰ ਸਿੰਘ ਪਰਿਵਾਰ ਦਾ ਸਾਥ ਛੱਡ ਗਏ ਜੋ ਕਿ ਪੰਜਾਬ ਰੋਡ ਦੇ ਵਿੱਚ ਕੰਮ ਕਰਦੇ ਸੀ। ਸੋ ਸੋਨੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 1994 ਦੇ ਕਰੀਬ ਆਪਣੀ ਭੈਣ ਕੋਲ ਕੈਨੇਡਾ ਚਲੇ ਗਏ। ਤੁਹਾਨੂੰ ਦੱਸਣਾ ਚਾਹੂੰਗਾ ਦੋਸਤੋ ਕਿ ਉਹਨਾਂ ਦੀਆਂ 2 ਭੈਣਾਂ ਇੰਡੀਆ ਅਤੇ 2 ਭੈਣਾਂ ਕੈਨੇਡਾ ਦੇ ਵਿੱਚ ਵਿਆਹੀਆਂ ਹੋਈਆਂ ਨੇ। 1994 ਦੇ ਵਿੱਚ ਸੋਨੀ ਕੈਨੇਡਾ ਆ ਗਏ ਅਤੇ ਇੱਥੇ ਆ ਕੇ ਉਹਨਾਂ ਨੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਫੈਕਟਰੀ ਦੇ ਵਿੱਚ ਕੰਮ ਕਰਨ ਦੇ ਦੌਰਾਨ ਉਹਨਾਂ ਦੀਆਂ ਉਂਗਲੀਆਂ ਜ਼ਖਮੀ ਹੋ ਗਈਆਂ ਅਤੇ ਉਹ ਉਸ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਕਾਬਿਲ ਨਹੀਂ ਰਹੇ। ਇਸ ਤੋਂ ਬਾਅਦ ਉਹਨਾਂ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸੋਨੀ ਨੂੰ ਗਾਉਣ ਦਾ ਸ਼ੌਂਕ ਤਾਂ ਸੀ ਪਰ ਕਦੇ ਆਪਣੇ ਇਸ ਹੁਨਰ ਨੂੰ ਗੰਭੀਰਤਾ ਨਾਲ ਨਹੀਂ ਲਿਆ। ਫਿਰ ਸੋਨੀ ਨੇ ਰਜਿੰਦਰ ਸਿੰਘ ਰਾਜ ਅਤੇ ਮਹੇਸ਼ ਮਾਲਵਾਨੀ ਤੋਂ ਮਿਊਜ਼ਿਕ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਸੰਗੀਤਕ ਸਿੱਖਿਆ ਲੈਣ ਤੋਂ ਬਾਅਦ ਰਜਿੰਦਰ ਸਿੰਘ ਰਾਜ ਨੇ ਸੋਨੀ ਪਾਬਲਾ ਨੂੰ ਕੈਨੇਡਾ ਦੇ ਵਿੱਚ ਹੀ ਪਲੈਨਟ ਰਿਕਾਰਡਸ ਦੇ ਨਾਲ ਮਿਲਾਇਆ ਅਤੇ ਸੋਨੀ ਨੇ ਆਪਣੀ ਪਹਿਲੀ ਐਲਬਮ ਸਾਲ 2002 ਦੇ ਵਿੱਚ ਰਿਲੀਜ਼ ਕੀਤੀ ਜਿਸ ਦਾ ਨਾਮ ਸੀ ਹੀਰੇ ਨੀ ਹੀਰੇ। ਸੋਨੀ ਪਾਬਲਾ ਦੀ ਇਹ ਪਹਿਲੀ ਹੀ ਐਲਬਮ ਕਾਫੀ ਹਿੱਟ ਰਹੀ। ਪਹਿਲੇ ਐਲਬਮ ਤੋਂ ਬਾਅਦ ਸੋਨੀ ਪਾਬਲਾ ਨੇ ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਮਿਲ ਕੇ ਆਪਣੀ ਦੂਜੀ ਐਲਬਮ ਗੱਲ ਦਿਲ ਦੀ ਸਾਲ 2004 ਦੇ ਵਿੱਚ ਰਿਲੀਜ਼ ਕੀਤੀ ਔਰ ਇਸ ਐਲਬਮ ਦਾ ਇਕੱਲਾ ਗੀਤ ਹਿੱਟ ਹੋਇਆ ਜਿਵੇਂ ਕਿ ਦਿਲ ਤੇਰਾ ਵੀ ਡਰਦਾ, ਦਿਲ ਮੇਰਾ ਵੀ ਡਰਦਾ, ਪੈਰਾਂ 'ਚ ਪੰਜੇਬ ਯਾਰ ਦੀ, ਪਿਆਰ ਦੀਆਂ ਚਿੱਠੀਆਂ ਅਤੇ ਟੱਲੀ ਜਿਹਾ ਹੋ ਲੈਣ ਦੇ। ਇਹ ਐਲਬਮ ਸੁਪਰਹਿੱਟ ਰਹੀ ਅਤੇ ਸੋਨੀ ਪਾਬਲਾ ਦਾ ਨਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਣਿਆ ਜਾਣ ਲੱਗਾ। ਦੋਨੋਂ ਐਲਬਮਸ ਸੁਪਰਹਿੱਟ ਹੋਣ ਤੋਂ ਬਾਅਦ ਸੋਨੀ ਪਾਬਲਾ ਨੇ ਆਪਣੀਆਂ ਅਗਲੀ ਐਲਬਮਸ ਦੇ ਲਈ ਕੁਝ ਹੋਰ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਵੀ ਹੱਥ ਮਿਲਾਇਆ। ਦੋਸਤੋ, ਹੁਣ ਗੱਲ ਕਰਦੇ ਹਾਂ ਕਿ ਸੋਨੀ ਪਾਬਲਾ ਨੂੰ ਹੋਇਆ ਕੀ ਸੀ ਅਤੇ ਉਹਨਾਂ ਦੀ ਮੌਤ ਦਾ ਕਾਰਨ ਕੀ ਸੀ। ਜਿਸ ਸਮੇਂ ਇਹ ਸਿੰਗਰ ਹਿੱਟ ਐਲਬਮਸ ਦੇਣ ਤੋਂ ਬਾਅਦ ਹੌਲੀ ਹੌਲੀ ਸ਼ਿਖਰ ਦੀਆਂ ਪੌੜੀਆਂ ਚੜ੍ਹਦਾ ਹੋਇਆ ਸ਼ਿਖਰਾਂ ਵੱਲ ਵੱਧ ਰਿਹਾ ਸੀ, ਉਸ ਸਮੇਂ ਟਾਈਮ ਤੋਂ ਪਹਿਲਾਂ ਆਈ ਮੌਤ ਨੇ ਇਹ ਸਿਤਾਰਾ ਪੰਜਾਬੀ ਇੰਡਸਟਰੀ ਤੋਂ ਖੋਲ੍ਹਿਆ। ਸੋਨੀ ਪਾਬਲਾ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਇੱਕ ਸ਼ੋਅ ਲਾਉਣ ਗਈ ਸੀ ਜਿਸ ਦਾ ਨਾਮ ਸੀ ਪਟਿਆਲਾ ਨਾਈਟਸ। ਸ਼ੋਅ ਦੇ ਵਿੱਚ ਆਪਣੀ ਪਰਫਾਰਮੈਂਸ ਦਿੰਦੇ ਹੋਏ ਸੋਨੀ ਪਾਬਲਾ ਪਾਣੀ ਪੀਣ ਦੇ ਲਈ ਸਟੇਜ ਤੋਂ ਨੀਚੇ ਉਤਰੇ ਅਤੇ ਜਿਵੇਂ ਪਾਣੀ ਪੀਣ ਲੱਗੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਇਆ ਗਿਆ ਪਰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਦੇ ਬਾਰੇ ਕਈ ਅਫਵਾਹਾਂ ਉੱਡੀਆਂ ਕਿ ਉਹਨਾਂ ਦੇ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋਈ ਹੈ ਅਤੇ ਕਈ ਜਗ੍ਹਾ ਉਹਨਾਂ ਦੇ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਹੋਸਪਿਟਲ ਦੇ ਵਿੱਚ ਡਾਕਟਰਾਂ ਦੁਆਰਾ ਉਹਨਾਂ ਦੇ ਨਸ਼ੇ ਦੇ ਬਾਰੇ ਪੁਸ਼ਟੀ ਕੀਤੀ ਗਈ ਸੀ ਪਰ ਅਸਲ ਕਾਰਨ ਹਾਰਟ ਅਟੈਕ ਹੀ ਸੀ। ਸੋ ਇਸ ਤਰ੍ਹਾਂ 14 ਅਕਤੂਬਰ 2006 ਨੂੰ 30 ਸਾਲ ਦੀ ਉਮਰ ਦੇ ਵਿੱਚ ਇਹ ਪੰਜਾਬੀ ਸਿਤਾਰਾ ਦੁਨੀਆ ਨੂੰ ਅਲਵਿਦਾ ਕਿਹਾ ਗਿਆ। ਦੋਸਤੋ, ਇਹ ਸੀ ਜਾਣਕਾਰੀ ਸੋਨੀ ਪਾਬਲਾ ਦੇ ਮਿਊਜ਼ਿਕ ਕਰੀਅਰ ਦੇ ਬਾਰੇ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜੁੜੇ ਕੁਝ ਇੰਟਰਸਟਿੰਗ ਫੈਕਟਸ ਦੇ ਬਾਰੇ। ਸੋਨੀ ਪਾਬਲਾ ਦੀ ਮੌਤ ਪਿੱਛੋਂ ਉਹਨਾਂ ਦੀ ਐਲਬਮ ਰਿਲੀਜ਼ ਕੀਤੀ ਗਈ ਜਿਸ ਵਿੱਚ ਅਲੱਗ ਅਲੱਗ ਮਿਊਜ਼ਿਕ ਡਾਇਰੈਕਟਰਾਂ ਨੇ ਮਿਊਜ਼ਿਕ ਦਿੱਤਾ ਸੀ। ਇਸ ਐਲਬਮ ਦਾ ਨਾਮ ਸੀ ਐਟਰਨਿਟੀ ਜੋ ਕਿ ਸਾਲ 2008 ਦੇ ਵਿੱਚ ਰਿਲੀਜ਼ ਕੀਤੀ ਗਈ। ਇਸ ਐਲਬਮ ਦੇ ਸਾਰੇ ਗਾਣੇ ਹਿੱਟ ਰਹੇ।
ਫਿਰ ਇੱਕ ਐਲਬਮ ਜਿਸ ਦਾ ਨਾਮ ਸੀ ਅਨਫਿਨਿਸ਼ਡ ਪ੍ਰੋਜੈਕਟ, ਉਹ ਸਾਲ 2013 ਦੇ ਵਿੱਚ ਰਿਲੀਜ਼ ਕੀਤੀ ਗਈ। ਪੰਜਾਬੀ ਇੰਡਸਟਰੀ ਦੇ ਵਿੱਚ ਸੋਨੀ ਪਾਬਲਾ ਦੇ ਭਾਣਜੇ ਜਿਨ੍ਹਾਂ ਦਾ ਨਾਮ ਹੈ ਸਟਾਈਲਿਸ਼ ਸਿੰਘ, ਉਹ ਵੀ ਪੈਰ ਰੱਖ ਚੁੱਕੇ ਨੇ ਅਤੇ ਕਈ ਗਾਣੇ ਇੰਡਸਟਰੀ ਨੂੰ ਦੇ ਚੁੱਕੇ ਨੇ। ਸੋ ਦੋਸਤੋ, ਇਹ ਸੀ ਜਾਣਕਾਰੀ ਪੰਜਾਬੀ ਇੰਡਸਟਰੀ ਨੂੰ ਸੁਪਰ ਹਿੱਟ ਗਾਣੇ ਦੇਣ ਵਾਲੇ ਮਰਹੂਮ ਗਾਇਕ ਸੋਨੀ ਪਾਬਲਾ ਦੇ ਬਾਰੇ। ਤੁਹਾਡਾ ਕਿਹੜਾ ਗਾਣਾ ਫੇਵਰੇਟ ਹੈ ਕਮੈਂਟ ਰਾਹੀਂ ਜ਼ਰੂਰ ਦੱਸਿਓ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ, ਅਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਔਰ ਜੇ ਵੀਡੀਓ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਕਾਰਨ ਵੀ ਜ਼ਰੂਰ ਦੱਸਿਓ, ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖਿਆ ਜਾ ਸਕੇ। ਵੀਡੀਓ ਦੇ ਵਿੱਚ ਦਿੱਤੀ ਕੋਈ ਜਾਣਕਾਰੀ ਗਲਤ ਲੱਗਦੀ ਹੋਵੇ ਜਾਂ ਕੋਈ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਵੀ ਕਮੈਂਟ ਰਾਹੀਂ ਸ਼ੇਅਰ ਜ਼ਰੂਰ ਕਰਿਓ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।